ਫਿਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਅੱਜ ਕੌਮ ਨੂੰ ਦੁਬਿਧਾ ਕੀ ਆ, ਦੁਬਿਧਾ ਕੀ ਆ ਅੱਜ ਕੌਮ ਨੂੰ, ਦੁਬਿਧਾ ਕੀ ਆ ਅੱਜ ਜਿਹੜੇ ਸਾਡੇ ਵੱਡੇ ਵੱਡੇ ਪੰਥਕ ਨੇ, ਜਿਹੜੇ ਖੰਡੂਰ ਸਾਹਿਬ ਜਾ ਰਹੇ ਨੇ, ਜਿਹੜੇ ਇੱਧਰ ਫਰੀਦਕੋਟ ਜਾ ਰਹੇ ਨੇ, ਅਤੇ ਉਹਨਾਂ ਨੂੰ ਅੱਜ ਸ਼ਹੀਦ ਭਾਈ ਅੰਮ੍ਰਿਤ ਸ਼ਹੀਦ ਭਾਈ ਰਛਪਾਲ ਸਿੰਘ ਸੰਦੜਾਂ ਦਾ ਬੇਟਾ ਅੰਮ੍ਰਿਤਪਾਲ ਨਹੀਂ ਦੇਖ ਰਿਹਾ, ਉਹਨਾਂ ਨੂੰ ਨਹੀਂ ਦੇਖ ਰਿਹਾ ਵੀ ਅੱਜ ਇੱਥੇ ਵੀ ਇੱਕ ਪੰਥਕ ਸੀਟ ਹੈਗੀ ਅਤੇ ਇਹਦਾ ਵੀ ਸਾਥ ਦੇਣਾ ਚਾਹੀਦਾ। ਇੱਥੇ ਮੈਨੂੰ ਕਿਉਂ ਇੱਕ ਸਾਬਕਾ ਕਾਂਗਰਸੀ ਜਿਹਨੇ ਅੱਜ ਤੱਕ ਬੁੱਚੜਪਣੇ ਜਿਹਦੇ ਪਿਓ ਨੇ ਕੀਤੇ ਹੋਣ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਬਰਾਬਰ ਆਪਣੀ ਫੋਟੋ ਲਾ ਕੇ, ਆਪਣੇ ਪਿਓ ਦੀ ਫੋਟੋ ਲਾ ਕੇ ਦਰਸ਼ਨ ਸਿੰਘ ਖੋਟੇ ਦੀ, ਉਹ ਆਪਣਾ ਪ੍ਰਚਾਰ ਕਰ ਰਿਹਾ, ਅਤੇ ਉੱਥੇ ਦੂਜੇ ਪਾਸੇ ਸ਼ਹੀਦ ਪਰਿਵਾਰ ਦਾ ਜਿਹੜਾ ਬੱਚਾ ਵਾ ਉਹ ਲੋਕਾਂ ਨੂੰ ਕਹਿ ਰਿਹਾ ਵੀ ਜਾਗ ਲਓ ਵੀ ਆ ਇਹਨਾਂ ਨੂੰ ਪਛਾਣ ਲਓ, ਇਹ ਮਖੋਟੇ ਪਾਈ ਆਉਂਦੇ ਨੇ ਆਉਣ ਵਾਲੇ ਟਾਈਮ 'ਚ ਫਿਰ ਸਾਨੂੰ ਧੋਖਾ ਦੇਣਗੇ। ਤੁਹਾਡੇ ਪਰਿਵਾਰ ਦੇ ਕਿੰਨੇ ਜੀ ਸ਼ਹੀਦ ਨੇ? ਮੇਰੇ ਪਰਿਵਾਰ 'ਚੋਂ ਜੀ 4 ਜਣੇ ਸ਼ਹੀਦ ਨੇ। ਜਦੋਂ ਮੈਂ 13 ਦਿਨ ਦਾ ਸੀ ਮੇਰੇ ਦਾਦਾ ਜੀ ਸ਼ਹੀਦ ਹੋਏ ਸੀਗੇ, ਜਦੋਂ ਮੈਂ 9 ਮਹੀਨੇ ਦਾ ਸੀ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਨੇ, ਉਹ ਤੋਂ ਬਾਅਦ ਜਦੋਂ 3 ਦਿਨ ਬਾਅਦ ਮੇਰੇ ਫਾਦਰ ਸਾਹਿਬ ਤੋਂ ਮੇਰੇ ਮਾਤਾ ਜੀ ਮੇਰੇ ਨਾਨੀ ਜੀ ਉਹ ਸ਼ਹੀਦ ਹੋਏ ਆ, ਫਿਰ ਮੇਰੇ ਦਾਦੀ ਜੀ ਨੇ ਪਾਲਿਆ, ਉਹਨਾਂ ਨੇ ਲੁਕੋ ਲੁਕੋ ਕੇ ਮੈਨੂੰ ਰੱਖਿਆ, ਫਿਰ ਵੀ ਸਾਡੇ ਜਿਹੜੇ ਅੰਦਰ ਚਿਣਗ ਆ ਉਹ ਚਿਣਗ ਸਾਨੂੰ ਨਹੀਂ ਬੈਠਣ ਦਿੱਤਾ, ਫਿਰ ਅਸੀਂ ਅੱਜ ਪੰਥ ਦੇ ਕੌਮ ਦੀ ਜਿਹੜੀ ਲੜਾਈ ਆ ਫਿਰ ਲੜ ਰਹੇ ਹਾਂ। ਕਿਉਂਕਿ ਮੈਂ ਇੱਕੋ ਗੱਲ ਵੇਖੀ, ਪੜ੍ਹਾਈ ਲਿਖਾਈ ਜਿਹੜੀ ਹੁਣ ਤੱਕ ਜਿਹੜੇ ਟਰੱਸਟ ਬਣੇ ਸੀਗੇ ਜੀ, ਜਿਹੜੇ ਸ਼ਹੀਦ ਪਰਿਵਾਰਾਂ ਦੇ ਨਾਂ 'ਤੇ ਮਾਤਾ ਗੁਰੀ ਸਹਾਰਾ ਟਰੱਸਟ, ਗੁਰੂ ਆਸਰਾ ਟਰੱਸਟ ਜਿਹੜਾ ਬਣਿਆ ਸੀਗਾ, ਉੱਥੇ ਮੈਂ ਰਹਿ ਕੇ ਆਪਣੀ ਜਿਹੜੀ ਪੜ੍ਹਾਈ ਪੂਰੀ ਕੀਤੀ ਆ। ਦਰ ਦਰ ਦੀਆਂ ਠੋਕਰਾਂ ਜਿਵੇਂ ਤੁਸੀਂ ਲਾਓ ਉਹ ਖਾ ਖਾ ਕੇ ਅਸੀਂ ਪਲੇ ਹਾਂ, ਕਦੇ ਖੰਨੇ ਰਹੇ ਹਾਂ, ਕਦੇ ਪਟਿਆਲੇ ਰਹੇ ਹਾਂ, ਪਰ ਕਹਿਣ ਤੋਂ ਭਾਵ ਇਹ ਆ ਵੀ ਇਹਨਾਂ ਲੋਕਾਂ ਜਿਨ੍ਹਾਂ ਨੇ ਹੁਣ ਤੱਕ ਸਾਰਾ ਕੁਛ ਮਾਣਿਆ ਹੋਵੇ ਉਹਨਾਂ ਲੋਕਾਂ ਲਈ ਜਿਹੜਾ ਸਿਸਟਮ ਆ ਵੀ ਉਹਨਾਂ ਨੂੰ ਅੱਜ ਕਿਉਂ ਨਹੀਂ ਸਾਡੇ ਲੋਕ ਪਛਾਣ ਪਾ ਰਹੇ? ਮੈਨੂੰ ਪਤਾ ਲੱਗਾ ਸੀ ਤੁਹਾਡੇ ਰਿਸ਼ਤੇਦਾਰਾਂ ਤੋਂ, ਕਹਿੰਦੇ ਵੀ ਜਦੋਂ ਤੁਸੀਂ ਛੋਟੇ ਸੀ ਤੁਹਾਡੀ ਦਾਦੀ ਤੁਹਾਨੂੰ ਬਚਾਉਂਦੀ ਕਿਸੇ ਰਿਸ਼ਤੇਦਾਰ ਕੋਲ ਲੈ ਜਾਂਦੀ ਸੀ, ਕਹਿੰਦੇ ਉੱਥੇ ਪੁਲਿਸ ਆ ਜਾਂਦੀ ਸੀ, ਕਹਿੰਦੇ ਰਿਸ਼ਤੇਦਾਰ ਹੀ ਕਹਿ ਦਿੰਦੇ ਹੁੰਦੇ ਸੀ ਵੀ ਤੁਸੀਂ ਸਾਡੇ ਵੀ ਪੁੱਤ ਮਰਵਾਓਗੇ, ਇਹਨੂੰ ਲੈ ਕੇ ਕਿਤੇ ਗਾਂਹ ਨਿਕਲੋ, ਕਹਿੰਦੇ ਬਹੁਤ ਇਹੋ ਜਿਹਾ ਸਮਾਂ ਵੀ ਲੰਘਿਆ। ਮੈਂ ਕਿਹਾ ਜੀ ਉਹ ਸਮਾਂ ਦਾ ਜਿਹੜਾ ਲੰਘਿਆ ਉਹ ਲੰਘਿਆ ਜੀ, ਮੇਰੇ ਦਾਦੀ ਜੀ ਕਿਰਾਇਆਂ 'ਤੇ ਵੀ ਮੇਰੇ ਨਾਲ ਰਹੇ ਆ, ਅਸੀਂ ਬਹੁਤ ਥਾਵਾਂ 'ਤੇ ਕਿਰਾਇਆਂ 'ਤੇ ਰਹੇ ਹਾਂ ਜਾਂ ਹੋਰ ਥਾਵਾਂ 'ਤੇ ਵੱਖ ਵੱਖ ਰਹੇ ਹਾਂ। ਜਦ ਅਸੀਂ ਪਿੰਡ ਜਾਂਦੇ ਸੀ, ਪਿੰਡ ਜੇ ਕੋਈ ਪੁੱਛਦਾ ਸੀ ਕਿੱਥੇ ਪੜ੍ਹਦਾ, ਦਾਦੀ ਜੀ ਨੇ ਕਹਿਣਾ ਬੜੂ ਸਾਹਿਬ ਪੜ੍ਹਦਾ, ਪਰ ਮੈਂ ਪੜ੍ਹਦਾ ਹੁੰਦਾ ਜੀ ਗੁਰੂ ਆਸਰ ਟਰੱਸਟ ਚੰਡੀਗੜ੍ਹ। ਉਹ ਇੱਕ ਜਿਹੜਾ ਸੀਗਾ ਵੀ ਉਹ ਮੈਨੂੰ ਐਂ ਹੁੰਦਾ ਸੀ ਦਾਦੀ ਜੀ ਝੂਠ ਕਿਉਂ ਬੋਲਦੇ ਨੇ, ਪਰ ਉਹ ਹੌਲੀ ਹੌਲੀ ਪਤਾ ਲੱਗਿਆ ਬਈ ਸਰਕਾਰ ਜਿਹੜੀ ਆ ਅੱਜ ਕੱਲ੍ਹ ਵੀ ਇੱਥੋਂ ਹੀ ਪੁੱਛਗਿੱਛ ਕਰਕੇ ਸਾਡੇ ਪਿੱਛੇ ਕਰਦੀ ਸੀ, ਇਸ ਕਰਕੇ ਦਾਦੀ ਜੀ ਹਮੇਸ਼ਾ ਝੂਠ ਦੱਸਦੇ ਹੁੰਦੇ ਸੀਗੇ ਵੀ ਅਸੀਂ ਰਹਿੰਦੇ ਕਿੱਥੇ ਹਾਂ। ਅੱਜ ਤੱਕ ਦਾਦੀ ਜੀ ਜਦ ਪਹਿਲਾਂ ਕਿਸੇ ਨੂੰ ਮਿਲਦੇ ਸੀ ਉਹ ਕਿਸੇ ਨੂੰ ਵੀ ਸੱਚ ਨਹੀਂ ਦੱਸਦੇ ਵੀ ਮੇਰਾ ਵੀ ਅਸਲ ਐਡਰੈਸ ਕੀ ਆ। ਸੋ ਆਹ ਜਿਹੜੇ ਹਾਲਾਤ ਅਸੀਂ ਦੇਖ ਚੁੱਕੇ, ਫਿਰ ਇੱਥੇ ਅੱਜ ਜਦ ਵੱਡੇ ਹੋ ਕੇ ਇੱਥੇ ਅੱਜ ਲੜਾਈ ਲੜਨ ਆਏ ਹਾਂ, ਅਤੇ ਉੱਥੇ ਵੀ ਸਾਡੇ ਸਾਹਮਣੇ ਇਹੋ ਜਿਹੜੇ ਆ ਜਿਹੜੇ ਖੜੇ। ਮੈਂ ਤੁਹਾਡੀ ਗੱਲ ਨੂੰ ਵੱਡਿਆ ਕਰਦਾ ਵਾਂ, 92 ਵਿੱਚ ਤੁਹਾਡੇ ਪਿਤਾ ਜੀ ਸ਼ਹੀਦ ਹੁੰਦੇ ਨੇ, ਹਾਂਜੀ, ਤੁਸੀਂ ਦਰ ਦਰ ਦੀਆਂ ਠੋਕਰਾਂ ਖਾਂਦੇ ਹੋ, ਅਤੇ 92 ਦੇ ਵਿੱਚ ਕਮਲਜੀਤ ਬਰਾੜ ਦੇ ਪਿਤਾ MLA ਬਣਦੇ ਨੇ, ਉਹ ਵੀ ਉਦੋਂ ਜਦੋਂ ਪੰਥਕ ਧਿਰਾਂ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ, ਅਤੇ ਰਾਈਟ ਹੈਂਡ ਸੀ ਬੇਅੰਤ ਬੁੱਚੜ ਦੇ, ਹਾਂਜੀ, ਉਸ ਤੋਂ ਬਾਅਦ ਉਹ MLA ਬਣ ਜਾਂਦੇ ਆ, MLA ਦੇ ਬੱਚੇ ਵੀ ਆਨੰਦ ਲੈਂਦੇ ਆ, ਪਤਾ ਆਪਾਂ ਨੂੰ, ਐਜੂਕੇਸ਼ਨ ਵੀ ਵਧੀਆ, ਖਾਣ ਪੀਣ ਵੀ ਵਧੀਆ, ਚਾਂਦੀ ਦੇ ਚਿਮਚੇ ਮੂੰਹ ਨੂੰ ਲੱਗਦੇ ਆ। ਤੁਸੀਂ ਦੱਸਿਆ ਵੀ ਤੁਸੀਂ ਬਹੁਤ ਔਖੇ ਦਿਨ ਕੱਟੇ ਆ, ਦਾਦੀ ਨੇ ਲੁਕੋ ਲੁਕੋ ਕੇ ਤੁਹਾਨੂੰ ਰੱਖਿਆ, ਹਾਂਜੀ, ਪਰ ਅੱਜ ਜਦੋਂ ਉਸ ਸਟੇਜ 'ਤੇ ਤੁਸੀਂ ਆ ਗਏ ਹੋ, ਅੱਜ ਉਸੇ ਲੁਧਿਆਣਾ ਜ਼ਿਲ੍ਹਾ ਜਿੱਥੇ ਦਾ ਤੁਹਾਡਾ ਪਿਛੋਕੜ ਹੈ, ਛੰਦੜਾ ਪਿੰਡ ਪੈ ਜਾਂਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਗਿਆ, ਉਸੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਪਿਤਾ ਜੀ ਦੀ ਸ਼ਹਾਦਤ ਹੁੰਦੀ ਹੈ, ਉਸੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਮਾਂ ਅਤੇ ਨਾਨੀ ਦੀ ਸ਼ਹਾਦਤ ਹੋ ਜਾਂਦੀ ਹੈ, ਉਸੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੰਝ ਕਰੀਏ ਤੁਹਾਡੇ ਦਾਦਾ ਜੀ ਦੀ ਹੁੰਦੀ ਹੈ ਵੀ ਚਾਰ ਪਰਿਵਾਰ ਦੇ ਜੀ ਜਿਹੜੇ ਨੇ ਅੱਤ ਦੇ ਤਸੀਹੇ ਦੇ ਦੇ ਕੇ ਸ਼ਹੀਦ ਕੀਤੇ ਜਾਂਦੇ ਆ, ਉਸੇ ਲੁਧਿਆਣੇ ਵਿੱਚ ਜਦੋਂ ਅੱਜ ਅੰਮ੍ਰਿਤਪਾਲ ਸਿੰਘ ਨੂੰ ਦੱਸਣਾ ਪੈ ਰਿਹਾ ਵੀ ਮੈਂ ਸ਼ਹੀਦ ਦਾ ਪੁੱਤਰ ਹਾਂ, ਦੂਜੇ ਪਾਸੇ ਕਾਂਗਰਸੀ ਨੇ ਕਦੀ ਕਦੀ ਕਰਦੀ ਹੈ। ਆ ਮੈਂ ਆਪਾਂ ਗਿੱਲ ਪਿੰਡ 'ਤੇ ਬੈਠੇ ਹਾਂ, ਇੱਥੋਂ ਕਿਲੋਮੀਟਰ 'ਤੇ ਨਹਿਰ ਆ ਜਿੱਥੇ ਫਾਦਰ ਸਾਹਿਬ ਨੂੰ ਲਾਸਟ ਟਾਈਮ ਨੂੰ ਫੜਿਆ ਗਿਆ ਸੀਗਾ, ਇੱਥੇ ਪੁਲ ਦੇ ਥੱਲੇ ਸਾਈਕਲ 'ਤੇ ਜਾਂਦਿਆਂ ਨੂੰ ਉਹਨਾਂ ਨੂੰ ਫੜਿਆ ਸੀ,
ਉਹ ਤੋਂ ਬਾਅਦ ਜਿਹੜਾ ਉੱਥੇ ਬੁੱਚੜਖਾਨੇ ਜਾ ਕੇ ਸੀ ਏ ਸਟਾਫ 'ਚ ਜਾ ਕੇ ਉੱਥੇ ਤਸੀਹੇ ਦਿੱਤੇ ਗਏ ਸੀ, ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਉਹ ਤੋਂ ਅੱਗੇ ਹੀ ਨਾਲੇ ਆਤਮਾ ਨਗਰ ਆ ਜਾਂਦਾ, ਆਤਮਾ ਨਗਰ ਦੇ ਵਿੱਚ ਨਾਲੇ ਉੱਥੇ ਘਰ ਆ ਜਿੱਥੇ ਫਾਦਰ ਸਾਹਿਬ ਰਹਿੰਦੇ ਰਹੇ ਆ, ਜਿੱਥੇ ਮੇਰੇ ਮਾਤਾ ਜੀ ਹੋਣੀ ਰਹਿੰਦੇ ਰਹੇ ਆ। ਅਤੇ ਉਹ ਅੱਜ ਵੀ ਦੋ ਘਰ ਨੇ, ਇੱਕ ਥਾਣਾ ਬਣ ਚੁੱਕਿਆ, ਇੱਕ ਕਿਸੇ ਦਾ ਕਬਜ਼ਾ ਵਾ ਉੱਥੇ ਅੱਜ ਵੀ, ਅਤੇ ਰੋਲ ਰੋਲ ਕੇ ਅੱਜ ਵੀ ਪਲੇ ਆ। ਅਤੇ ਉਹਦੇ ਨਾਲ ਨਾਲ ਜੇ ਗੱਲ ਕਰੀਏ, ਮੈਂ ਤਾਂ ਇੱਕੋ ਹੀ ਗੱਲ ਕਰਦਾ, ਮੈਨੂੰ ਜਦੋਂ ਪਾਰਟੀ ਨੇ ਪੁੱਛਿਆ ਗਿਆ ਵੀ ਅੰਮ੍ਰਿਤਪਾਲ ਸਿੰਘ ਤੁਸੀਂ ਕਿੱਥੋਂ ਲੜਨਾ ਚਾਹੁੰਦੇ, ਮੈਂ ਲੁਧਿਆਣੇ ਦਾ ਨਾਮ ਇਸ ਕਰਕੇ ਲਿਆ ਕਿਉਂਕਿ ਮੇਰੇ ਫਾਦਰ ਸਾਹਿਬ, ਸਾਡਾ ਦਿਲ ਵੱਜਦਾ ਇੱਥੇ ਕਿਉਂਕਿ ਮੇਰੇ ਫਾਦਰ ਸਾਹਿਬ ਲਾਸਟ ਇੱਥੇ ਰਹੇ ਆ ਲੁਧਿਆਣੇ ਦੇ ਵਿੱਚ। ਉਹ ਤੋਂ ਬਾਅਦ ਮੈਨੂੰ ਯਾਦ ਆ ਇਹੀ ਲੁਧਿਆਣਾ ਸੀਗਾ ਜਦੋਂ ਲੁਧਿਆਣਾ ਪੂਰਾ ਜਾਮ ਕਰਕੇ ਮੇਰੇ ਫਾਦਰ ਸਾਹਿਬ ਦੀ ਡੈਡ ਬੋਡੀ ਮਿਲੀ ਸੀ, ਕਿਉਂਕਿ ਉਹਨੂੰ ਡੈਡ ਬੋਡੀ ਨਹੀਂ ਦਿੰਦੇ ਸੀ। ਅਤੇ ਮੈਂ ਤਾਂ ਉਹੀ ਉਹਨਾਂ ਦਾ ਵਾਰਸ ਹੋਣ ਦੇ ਨਾਤੇ ਇੱਥੇ ਲੜਾਈ ਆਪਣੇ ਲੜਨਾ ਆ। ਹੁਣ ਉਹ ਅੱਗੇ ਪੰਥ ਦੇ ਕੌਮ ਦੇ ਹੱਥਾਂ ਵੀ ਉਹਨਾਂ ਨੇ ਉਹ ਲੜਾਈ ਦਾ ਮੇਰੇ ਝੋਲੇ ਕੀ ਪਾਉਣਾ। ਜਿਹੜੇ ਬੱਚੇ ਨੇ ਚਾਰ, ਹਾਂਜੀ, ਚਾਰਾਂ ਦਿਨਾਂ ਦੇ ਵਿੱਚ ਜੇ ਕਹਿ ਲਈਏ ਵੀ ਸ਼ਹੀਦ ਦਾ ਪੁੱਤਰ ਆਪਣੇ ਉਸ 92 ਦੇ ਵਿੱਚ ਪਿਓ ਨਾਲ ਜੋ ਹੋਇਆ ਅਤੇ ਪੰਜਾਬ ਦੇ ਪੁੱਤਾਂ ਦੇ ਇਨਸਾਫ ਲੈਣ ਦੇ ਲਈ ਇਹਨਾਂ ਚਾਰਾਂ ਦਿਨਾਂ 'ਚ ਕੀ ਲੜਾਈ ਲੜੇਗਾ? ਦੇਖੋ, ਦਿਨ ਚਾਹੇ ਚਾਰ ਹੋਣ ਚਾਹੇ ਇੱਕ, ਜੀ ਜੇ ਗੁਰੂ ਸਾਹਿਬ ਦਾ ਤੁਸੀਂ ਕੋੜ ਆਸਰਾ ਲੈ ਕੇ ਅਰਦਾਸ ਕਰਕੇ ਸ਼ਹੀਦ ਸਿੰਘ ਅੱਗੇ ਚੱਲਦੇ ਹੋ, ਸਾਰਾ ਕੁਛ ਬਦਲਦਾ। ਅਸੀਂ ਤਾਂ ਉਹ ਲੈ ਕੇ ਚੱਲੇ ਹਾਂ, ਉਹ ਹੁਣ ਅੱਗੇ ਸ਼ਹੀਦ ਸਿੰਘਾਂ ਦੇ ਗੁਰੂ ਸਾਹਿਬ ਦੇ ਹੱਥ ਆ ਵੀ ਸਾਡੇ ਪੱਲੇ ਕੀ। ਮੈਂ ਤੁਹਾਡੀ ਇੰਟਰਵਿਊ ਕਰ ਰਿਹਾ, ਮੇਰੀਆਂ, ਮੈਨੂੰ ਪਤਾ ਮੇਰਾ ਗੱਚ ਭਰਿਆ ਹੋਇਆ, ਹਾਂਜੀ, ਮੈਂ ਸਵਾਲ ਕਰਨੇ ਚਾਹੁੰਦਾ ਵਾਂ ਪਰ ਮੇਰੇ ਅੰਦਰੋਂ ਉਹ ਜ਼ਰੂਰਤ ਨਹੀਂ ਪੈ ਰਹੀ ਵੀ ਮੈਂ ਸਵਾਲ ਕਰਾਂ, ਕਿਉਂਕਿ ਜੋ ਦਰਦ ਦਾ ਸੀਨ ਤੁਸੀਂ ਪੇਸ਼ ਕੀਤਾ ਆ ਉਹ ਬਹੁਤ ਔਖਾ।